ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤ ਰਾਜ ਵਿਸ਼ਰ ਦੁੱਖ ਪਾਇਆ, ਸੋਗਤ ਪਈ ਹਿਮਾਰੀ। ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਉੱਚੀ ਅਤੇ ਸੁੱਚੀ ਮਾਨਤਾਵਾਦੀ ਬਾਣੀ, ਔਰ ਜਿਹਨੇ ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਪ੍ਰੇਰਿਤ ਕੀਤਾ, ਸਾਹਿਬ ਕਮਾਲ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 643ਵਾਂ ਗੁਰਪੁਰਬ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ 'ਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਤਾਂ ਮੈਂ ਆਪਣੇ ਵੱਲੋਂ ਸਾਰੇ ਹੀ ਸੰਸਾਰ ਭਰ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਆਓ ਸੁਪਨੇ ਪਿਆ ਭਿਖਾਰੀ, ਆਪਣੇ ਸੁਪਨੇ ਦੇ ਵਿੱਚ ਭਿਖਾਰੀ ਬਣੇ ਹੋਏ ਹਾਂ, ਆਪਾਂ ਰਾਜੇ ਹਾਂ, ਇਸ ਦੇਸ਼ ਦੇ ਵਿੱਚ ਰਾਜੇ ਬਣ ਕੇ ਰਹੀਏ। ਅਸੀਂ ਨੀਂਦਰੀ ਬਹੁਤ ਗੂੜੀ ਨੀਂਦਰੀ ਸੁੱਤੇ ਹੋਏ ਹਾਂ, ਨੀਂਦ ਤੋਂ ਜਾ ਕੇ ਆਪਣੇ ਆਪ ਨੂੰ ਜੋ ਅਸੀਂ ਭਿਖਾਰੀ ਬਣਾ ਕੇ ਬੈਠੇ ਹਾਂ, ਤਾਂ ਆਓ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਾਨੂੰ ਰਾਜ ਭਾਗ ਦੀ ਗੱਲ ਕੀਤੀ ਹੈ, ਤਾਂ ਆਪਾਂ ਰਾਜੇ ਬਣ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰੀਏ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਦਿੱਤੇ ਹੋਏ ਸੰਵਿਧਾਨ ਦੀ ਵਜ੍ਹਾ ਦੇ ਨਾਲ ਜੋ ਅਸੀਂ ਅੱਜ ਪੂਰੇ ਸੰਸਾਰ ਦੇ ਵਿੱਚ, ਪੂਰੇ ਵਿਸ਼ਵ ਭਰ ਦੇ ਵਿੱਚ ਸਾਡੀਆਂ ਸੰਗਤਾਂ, ਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਪੂਰਾ ਉਹਨਾਂ ਦੀ ਬਾਣੀ ਦਾ ਨਿੱਘਾ ਆਨੰਦ ਮਾਣ ਰਹੀਆਂ ਹਨ, ਔਰ ਆਪਣਾ ਬਹੁਤ ਉੱਚਾ ਸੁੱਚਾ ਜੀਵਨ ਬਤੀਤ ਕਰ ਰਹੀਆਂ ਹਨ। ਆਓ ਆਪਾਂ ਉਹਨਾਂ ਦੇ ਆਗਮਨ ਪੁਰਬ ਦੀਆਂ ਬਹੁਤ ਖੁਸ਼ੀਆਂ ਦੇ ਨਾਲ ਆਪਾਂ ਮਨਾਈਏ, ਔਰ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੀਏ। ਪੂਰਾ ਦਿਨ ਰਾਤ ਆਪਾਂ ਉਹਨਾਂ ਮਹਾਂਪੁਰਸ਼ਾਂ ਦਾ ਵਿਚਾਰ ਜੋ ਹੈ ਉਹਨਾਂ ਦੀ ਚਰਚਾ ਕਰੀਏ, ਔਰ ਸੰਸਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਅਸੀਂ ਉਹਨਾਂ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ, ਤਾਂ ਜੋ ਸਾਰਿਆਂ ਨੂੰ ਆਪਣੀ ਜ਼ਿੰਦਗੀ ਉੱਚੀ ਅਤੇ ਸੁੱਚੀ ਜਿਉਣ ਦਾ ਉਹਨਾਂ ਦਾ ਜੋ ਉਪਦੇਸ਼ ਹੈ ਉਹ ਸਾਨੂੰ ਮਿਲ ਸਕੇ। ਕਿਉਂਕਿ ਗੁਰਬਦਾਸ ਜੀ ਮਹਾਰਾਜ ਨੇ ਐਜੂਕੇਸ਼ਨ ਦੀ ਗੱਲ ਕੀਤੀ ਹੈ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਉ ਨਾ ਦਰਸੇ, ਤਾਂ ਆਓ ਆਪਾਂ ਵਿੱਦਿਆ ਲਈਏ, ਵਿੱਦਿਆ ਪੜ੍ਹ ਕੇ ਆਪਾਂ ਆਪਣੇ ਗਿਆਨਵਾਨ ਬਣੀਏ, ਔਰ ਉੱਚੀ ਸੁੱਚੀ ਆਪਣੀ ਜ਼ਿੰਦਗੀ ਜੀਏ। ਕਿਉਂਕਿ ਗੁਰੂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਸਾਨੂੰ ਜੋ ਮੇਨ ਮੂਲ ਮੰਤਰ ਦਿੱਤਾ ਹੈ, ਪੜ੍ਹੋ ਜੁੜੋ ਸੰਘਰਸ਼ ਕਰੋ, ਔਰ ਜੋ ਤੁਸੀਂ ਪੜ੍ਹ ਜਾਂਦੇ ਹਾਂ ਤਾਂ ਤੁਸੀਂ ਸ਼ੇਰ ਬਣ ਜਾਂਦੇ ਹਾਂ, ਅਦਰਵਾਈਜ਼ ਤੁਹਾਡੀ ਜਿਹੜੀ ਇੱਕ ਜ਼ਿੰਦਗੀ ਆ ਪਸ਼ੂ ਦੇ ਸਮਾਨ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬੜੀਆਂ ਸੁੰਦਰ ਲਾਈਨਾਂ ਕਹੀਆਂ ਕਿ ਜਿਹੜੀ ਬਲੀ ਹੈ ਉਹ ਭੇਡਾਂ ਬੱਕਰੀਆਂ ਦਿੱਤੀ ਜਾਂਦੀ ਹੈ ਅਤੇ ਸ਼ੇਰਾਂ ਦੀ ਬਲੀ ਕਦੇ ਦਿੱਤੀ ਨਹੀਂ ਜਾਂਦੀ। ਆਓ ਆਪਾਂ ਨੂੰ ਉਹਨਾਂ ਨੇ ਸ਼ੇਰ ਬਣਾਇਆ ਹੈ, ਕਿਉਂਕਿ ਵਿੱਦਿਆ ਉਹ ਸ਼ੇਰਨੀ ਦਾ ਦੁੱਧ ਹੈ ਜੋ ਪੀਂਦਾ ਹੈ ਉਹ ਦਿਹਾੜਦਾ ਹੈ, ਤਾਂ ਆਓ ਆਪਾਂ ਉਹ ਸ਼ੇਰਨੀ ਦਾ ਦੁੱਧ ਪੀਏ, ਵਿੱਦਿਆ ਗ੍ਰਹਿਣ ਕਰੀਏ, ਉੱਚੀ ਸੁੱਚੀ ਵਿੱਦਿਆ ਲੈ ਕੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਨੂੰ ਇਹੀ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਦੀ ਬਾਣੀ 'ਤੇ ਅਮਲ ਕਰੀਏ। ਗੁਰੂ ਰਵਿਦਾਸ ਜੀ ਮਹਾਰਾਜ ਸਾਨੂੰ ਕੀ ਕਹਿੰਦੇ ਹਨ, ਅਸੀਂ ਉਹ 'ਤੇ ਅਮਲ ਕਰੀਏ, ਔਰ ਉਹ 'ਤੇ ਪਹਿਰਾ ਦੇਈਏ। ਅਸੀਂ ਉਹਨਾਂ ਨੂੰ ਮੰਨਣ ਦੀ ਬਜਾਏ ਉਹਨਾਂ ਦੀ ਵਿਚਾਰਧਾਰਾ ਨੂੰ ਮੰਨ ਕੇ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਪ੍ਰਚਾਰ ਅਤੇ ਪ੍ਰਸਾਰ ਕਰੀਏ। ਤਾਂ ਮੈਂ ਜਨਤਕ ਟੀਵੀ ਨੂੰ ਵੀ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ, ਕਿਉਂਕਿ ਇਹ ਵੀ ਦਿਨ ਪੁਰ ਰਾਤ ਉਹਨਾਂ ਦੀ ਜੋ ਪ੍ਰਚਾਰ ਕਰਨ ਦੇ ਲਈ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਆਪਣੇ ਮਾਧਿਅਮ ਮੀਡੀਆ ਦੇ ਮਾਧਿਅਮ ਤੋਂ ਜੋੜ ਰਹੇ ਹਨ, ਤਾਂ ਇਹਨਾਂ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ, ਔਰ ਸਾਰੀਆਂ ਸੰਗਤਾਂ ਦੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਨੂੰ ਚੰਗੀ ਸੇਧ ਦੇਣ, ਇਹਨਾਂ ਨੂੰ ਚੰਗੀ ਮਤ ਬੁੱਧ ਦੇਣ, ਤਾਂ ਜੋ ਆਪਣਾ ਇਹ ਜੀਵਨ ਉੱਚਾ ਸੁੱਚਾ ਜੀ ਸਕਣ। ਸਾਰਿਆਂ ਨੂੰ ਬੋਲੇ ਜੋ ਨਿਰਪੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।